बंद 212 कालू बला दे देन का बद्दा रू नबी दी आप पढ़ाया ही कुतब हो वकील विच आ बैठा हुक्म रब ने आन कराया ही जिब्राईल मेकाईल गवाह चारे इजराइल इसराफील भी आया ही अगला तोड़ के होर निकाह पढ़ना आख रब ने कदों फरमाया ही। ये जड़ा गोंदल साहब ने वैसे मैनू करैक्ट किया कि जड़ा कालू बला है ना, कालू बला वो वेला है जदों रब ने सारिया रूहां नू इकट्ठा किया ते उन्हां कोलों वादा लिया कि ओदी पूजा करनगे। मैं इनू कन्फ्यूज करदा कर दिंदा सां कुन फयकून दे नाल, ओ जिहड़ा ना ओ ए ए ए इस लिटरेचर विच कुन फयकून वी आउंदा है। कुन फयकून वी तकरीबन इन्ना मायने च आउंदा है, ओ मसलन कुन फयकून अगों दियां लगियां, न्यों नहीं लगदा चोरी दा, कुन उदों जदों रब ने क्या हो जा ते ओ जहान हो गया। ए हैगा कि रब ने जदों जदों रूहां कठियां कीतियां ते हीर कह रही है कि मेरा निकाह ते उस वेले मेरा निकाह बनिया गया सी। Wait, so not day of judgment as in beginning of time? Yeah. Not day of judgment, but beginning of time. Yes, yes. Okay. Rooh Nabi di aap padhaya hai. Te mera nikah jehda hai, o prophet di spirit ne aapu padhaya si. Kutub ho wakil vich aan baitha. Te ओ आप ही यानी मतलब नबी ही जड़ा है वो वकील कुतुब बन के ओ विच आके बह गया। तुहानू पता ना कि जड़ा मुसलमान ब्याह हुंदा ना उहदे च वकील दा एक रोल हुंदा है कि वकील जड़ा है वो कुड़ी को जाके पुछदा है कि तैनू मुंडा कबूल है कि नहीं कबूल, ते मुंडे कोलों पुछदे ने कि तैनू कुड़ी कबूल है कि नहीं, ओ वकील दा काम हुंदा है। ਇਹ ਡਿਫਰੈਂਟ ਦੈਨ ਦ ਪਰਸਨ ਕੇ ਜਿਹੜਾ ਪੜਾਉਂਦਾ ਆ ਨਿਕਾਹ ਤੇ ਉਹ ਮੌਲਵੀ ਵੀ ਆਇਆ, ਮੌਲਵੀ ਵਕੀਲ ਨਹੀਂ ਹੁੰਦਾ, ਵਕੀਲ ਡਿਫਰੈਂਟ ਦੈਨ ਮੌਲਵੀ। ਨਹੀਂ ਨਹੀਂ ਮੌਲਵੀ ਵਕੀਲ ਨਹੀਂ ਹੁੰਦਾ, ਮੌਲਵੀ ਵਕੀਲ ਨਹੀਂ ਹੁੰਦਾ, ਮੌਲਵੀ ਸਿਰਫ ਜਿਹੜਾ ਹੈ ਉਹਨੂੰ ਸੈਂਟੀਫਾਈ ਕਰਦਾ ਹੈ, ਵਕੀਲ ਹੋਰ ਕੋਈ ਦੂਜਾ ਬੰਦਾ ਹੁੰਦਾ ਹੈ। ਕੁਤਬ ਹੋ ਵਕੀਲ ਵਿੱਚ ਆਣ ਬੈਠਾ ਹੁਕਮ ਰੱਬ ਨੇ ਆਣ ਕਰਾਇਆ ਹੀ ਤੇ ਉਹਦਾ ਨਿਕਾਹ ਹੋ ਜਾਣ ਦਾ ਹੁਕਮ ਜਿਹੜਾ ਸੀ ਉਹ ਰੱਬ ਨੇ ਆਪੋ ਆ ਕੇ ਕਰਾਇਆ ਸੀ। ਜਿਬਰਾਈਲ ਮੇਕਾਈਲ ਗਵਾਹ ਚਾਰੇ ਇਜ਼ਰਾਈਲ ਇਸਰਾਫੀਲ ਵੀ ਆਇਆ। ਇਹ ਚਾਰੇ ਜਿਹੜੇ ਨੇ ਜਿਬਰਾਈਲ ਮੇਕਾਈਲ ਇਜ਼ਰਾਈਲ ਇਸਰਾਫੀਲ ਇਹ ਚਾਰੇ ਜਿਹੜੇ ਨੇ ਇਹ ਰੱਬ ਦੇ ਕਲੋਜ਼ੈਸਟ ਫਰਿਸ਼ਤੇ ਨੇ। ਰੱਬ ਜਿਹੜਾ ਹੈ ਉਹ ਮੋਸਟਲੀ ਦੁਨੀਆਂ ਦੇ ਕੰਮਾਂ ਨੂੰ ਇਹਨਾਂ ਚਾਰਾਂ ਕੀ ਕਹਿੰਦੇ ਨੇ ਫਰਿਸ਼ਤਿਆਂ ਦੇ ਰਾਹੀਂ ਕਰਦਾ ਹੈ। ਅਗਲਾ ਤੋੜ ਕੇ ਹੋਰ ਨਿਕਾਹ ਪੜ੍ਹਨਾ ਆਖ ਰੱਬ ਨੇ ਕਦੋਂ ਫਰਮਾਇਆ ਹੈ ਤੇ ਮੇਰਾ ਨਿਕਾਹ ਤੇ ਉਸ ਵੇਲੇ ਹੋ ਗਿਆ ਸੀ ਤੇ ਉਸ ਨਿਕਾਹ ਨੂੰ ਤੋੜ ਕੇ ਇੱਕ ਨਿਕਾਹ ਦੇ ਉੱਤੇ ਦੂਜਾ ਨਿਕਾਹ ਨਹੀਂ ਹੋ ਸਕਦਾ। ਇਹ ਮੈਨੂੰ ਤੂੰ ਦੱਸ ਕਿ ਪਹਿਲਾ ਨਿਕਾਹ ਤੋੜ ਕੇ ਦੂਜਾ ਨਿਕਾਹ ਪੜ੍ਹਨਾ
रब ने किथे किथे दस्या कि मेरा ते निकाह उस कालू बला दे देनी हो गया सी। अच्छा एक गल क्लैरिफाई करो सॉरी जी के ਤੁਸੀਂ ਕਹਿੰਦੇ ਹੋ ਕਿ ਵਕੀਲ ਜਿਹੜਾ ਹੁੰਦਾ ਵਿੱਚ ਵਿਆਹ ਦੇ ਉਹ ਨਾਨ ਰਿਲੀਜੀਅਸ ਬੰਦਾ ਹੁੰਦਾ ਕੋਈ ਨਹੀਂ ਨਾਨ ਰਿਲੀਜੀਅਸ ਹੋਣਾ ਜ਼ਰੂਰੀ ਨਹੀਂ ਹੈ ਅੱਛਾ ਦੋ ਮਿੰਟ ਡਾਕਟਰ ਸਾਹਿਬ ਸੌਰੀ ਟੂ ਇੰਟਰਪਟ ਵਕੀਲ ਜਿਹੜਾ ਹੈ ਨਾ ਉਹ ਕੁੜੀ ਨੇ ਖਾਨਦਾਨ ਨਾਲ ਕੋਈ ਬੰਦਾ ਹੋਣਾ ਜੀ ਉਹ ਨਾ ਉਸ ਨਾਲ ਵਕੀਲ ਆ ਪਰ ਉਹ ਬੇਸਿਕਲੀ ਹੀ ਇਜ਼ ਰੈਪ੍ਰੈਜ਼ੈਂਟਿੰਗ ਦੀ ਐਂਡ ਹੀ ਇਜ਼ ascertaining ਕਿ ਲੜਕੀ ਨੀ ਮਰਜ਼ੀ ਥਈ ਉਹ ਮੌਜੂਦ ਹੀ ਉਸ ਕੋਲੋਂ ਪੁੱਛਣਾ ਤੇ ਅੱਗੇ ਫਿਰ ਸਾਰਿਆਂ ਦੁੱਲੇ ਕੀ ਆਖਣਾ ਕਿ ਜੀ ਮੈਂ ਪੁੱਛੀ ਆਇਆ ਇਹ ਉਸ ਨਾਲ ਕੰਮ ਆ ਹਾਂਜੀ ਇਹ ਕਿਸਮ ਦਾ ਗਵਾਹ ਹੀ ਹੋ ਗਿਆ ਜੀ ਗਵਾਹ ਨਹੀਂ ਇਹ ਗਵਾਹ ਨਹੀਂ ਗਵਾਹ ਨਹੀਂ ਕਿਉਂਕਿ ਦੋ ਗਵਾਹ ਕੁੜੀ ਨੇ ਹੋਣੇ ਦੋ ਗਵਾਹ ਦੁੱਲੇ ਨੇ ਹੋਣੇ ਮਗਰ ਵਕੀਲ ਜਿਹੜਾ ਹੈ ਉਹ ਸਿਰਫ ਕੁੜੀ ਨਾ ਹੋਣਾ ਕਿ ਜਿਹੜੀ ਇਟ ਹੈਜ਼ ਟੂ ਹੈਵ ਦ ਗਰਲ ਹੈਜ਼ ਟੂ ਗਿਵ ਅ ਵਰਬਲ ਐਫਰਮੇਸ਼ਨ ਉਹ ਵਕੀਲ ਕਿੰਨਾ ਦੈਟਸ ਹਿਜ਼ ਜੌਬ ਉਹਦੀ ਆਵਾਜ਼ ਹੈ ਇਹ ਕੁੜੀ ਦੀ ਰਜ਼ਾਮੰਦੀ ਦੀ ਆਵਾਜ਼ ਹੈਗਾ ਵਕੀਲ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਹੁਣ ਇਹ ਜਿਹੜਾ ਬੰਦ ਹੈ ਨਾ ਇਹ ਇਹ ਬੰਦ ਔਰ ਇਹ ਅਗਲੇ ਜਿਹੜੇ ਬੰਦ ਨੇ ਇਹ ਬਹੁਤ ਦਿਲਚਸਪ ਨੇ ਹੁਣ ਇਹਦੇ ਵਿੱਚ ਦੇਖੋ ਕਿ ਹੀਰ ਦਾ ਜਿਹੜਾ ਹੀਰ ਦੀ ਜਿਹੜੀ ਅਸਰਸ਼ਨ ਹੈ ਉਹ ਇਹ ਹੈ ਕਿ ਜਦੋਂ ਇਹ ਸੰਸਾਰ ਸ਼ੁਰੂ ਹੋਇਆ ਸੀ ਤੇ ਉਸ ਸੰਸਾਰ ਦੇ ਵੇਲੇ ਹੀ ਬੰਦੇ ਔਰ ਔਰਤ ਔਰ ਮਰਦ ਦੀ ਜਿਹੜੀ ਮਰਜ਼ੀ ਹੈ ਉਹਨਾਂ ਨੂੰ ਮੰਨ ਲਿਆ ਗਿਆ ਸੀ ਇਹ ਜਿਹੜੇ ਕਰੈਕਟਰਸ ਨੇ ਨਬੀ ਅੱਲਾਹ ਜਿਬਰਾਈਲ ਮਿਕਾਇਲ ਇਜ਼ਰਾਈਲ ਇਸਰਾਫੀਲ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਤੁਸੀਂ ਅਗਰ ਇੰਟਰਪ੍ਰੈਟ ਕਰੋ ਤੇ ਇਹ ਹੈ ਨੇ ਨੇਚਰ ਦੀਆਂ ਤਾਕਤਾਂ ਜਿਹੜੀਆਂ ਕਿ ਸੰਸਾਰ ਦੇ ਬਣਨ ਵੇਲੇ ਬਣਨ ਦੇ ਵਿੱਚ ਸ਼ਾਮਿਲ ਸਨ ਤੇ ਹੀਰ ਇਹ ਕਹਿ ਰਹੀ ਹੈ ਕਿ ਜਿਹੜੀ ਨੇਚਰ ਹੈ ਉਹਦੇ ਵਿੱਚ ਤੇ ਮੇਰਾ ਨਿਕਾਹ ਜਿਹੜਾ ਹੈ ਉਹ ਰਾਂਝੇ ਨਾਲ ਹੋ ਗਿਆ ਸੀ ਮਤਲਬ ਇਹ ਹੈ ਕਿ ਜੋ ਵੀ ਮੈਨੂੰ ਪਸੰਦ ਆਇਆ ਨੇਚਰ ਦੇ ਵਿੱਚ ਉਹਦੀ ਨੈਚੁਰਲ ਜਿਹੜੀ ਉਹ ਨੈਚੁਰਲ ਕਰੈਕਟਰਿਸਟਿਕਸ ਹਨ ਉਹ ਮੇਰੇ ਤੇ ਉਹਦੇ ਰਲ ਗਏ ਤੇ ਨਿਕਾਹ ਹੋ ਗਿਆ ਨਿਕਾਹ ਦਾ ਮਤਲਬ ਇਹੋ ਹੀ ਹੈ ਕਿ ਦੋਨੋਂ ਨਿਕਾਹ ਹੁੰਦਾ ਕੀ ਹੈ ਵੈਸੇ ਬੇਸਿਕਲੀ ਨਿਕਾਹ ਹੁੰਦਾ ਹੈ ਕਿ ਨਿਕਾਹ ਇਸ ਤੋਂ ਵੱਧ ਕੁਛ ਨਹੀਂ ਹੁੰਦਾ ਕਿ ਕੁੜੀ ਔਰ ਮੁੰਡੇ ਵੱਲੋਂ ਐਲਾਨ ਕਰਨਾ ਹੁੰਦਾ ਹੈ ਕਿ ਇਹ ਅੱਜ ਤੋਂ ਬਾਅਦ ਮੀਆਂ ਬੀਵੀ ਹੈ ਔਰ ਬਾਈ ਦਾ ਵੀ ਇਹ ਜਿਹੜਾ ਲੰਮਾ ਚੌੜਾ ਹੈਗਾ ਨਾ ਜਿਵੇਂ ਨਿਕਾਹ ਪੜ੍ਹਾਇਆ ਜਾਂਦਾ ਮੁਸਲਮਾਨਾਂ ਦਾ ਇਹ ਗਵਾਹ ਵਕੀਲ ਸਾਰਾ ਕੁਛ ਇਹ ਸਾਰਾ ਕੁਛ ਜਿਹੜਾ ਇਹਦੀ ਕੋਈ ਲੋੜ ਨਹੀਂ ਹੈਗੀ ਅਗਰ ਇੱਕ ਔਰਤ ਔਰ ਇੱਕ ਮਰਦ ਇੱਕ ਪਬਲਿਕ ਦੇ ਵਿੱਚ ਖੜੇ ਹੋ ਕੇ ਅਗਰ ਉਹ ਐਲਾਨ ਕਰ ਦੇਣ ਕਿ ਅਸੀਂ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਮੀਆਂ ਬੀਵੀ ਹੋ ਗਏ ਹਾਂ ਤੇ ਦੈਟ ਇਜ਼ ਅਨਫ ਵਜ੍ਹਾ ਉਹਦੀ ਇਹ ਹੈਗੀ ਹੈ ਐਲਾਨ ਕਿਉਂ ਕਰਨਾ ਜ਼ਰੂਰੀ ਸਮਝਿਆ ਜਾਂਦਾ ਸੀ ਕਿਉਂਕਿ ਉਸ ਤੋਂ ਬਾਅਦ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹ ਉਸ ਦੇ ਨਤੀਜੇ 'ਚ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਦੀ ਰਿਸਪੋਂਸੀਬਿਲਿਟੀ ਕਿਹਦੀ ਹੋਵੇਗੀ ਮਤਲਬ ਅਗਰ ਐਲਾਨ ਨਹੀਂ ਹੋਇਆ ਔਰ ਐਲਾਨ ਤੋਂ ਬਗੈਰ ਹੀ ਔਰਤ ਦੇ ਬੱਚਾ ਪੈਦਾ ਹੋ ਗਿਆ ਤੇ
फिर ओदी रिस्पोंसिबिलिटी जिहड़ी है वो कोई मर्द तो नहीं लेगा ना। तो इसलिए इहदा तल्लक जिहड़ा है वो प्रोक्रिएशन और सोसाइटी दे विच रिस्पोंसिबिलिटी दे नाल जुड़िया होया है। तो ये निकाह दा एसेंस ये है क्या है और वैसे ते मतलब है कि कोई भी जिहड़ा बंदे ने वो निकाह पढ़ा सकते ने। जिहड़ी रस्म है रिचुअल जिहड़ी है ये बहुत बाद च बनी है और हर थां दी ब्याह दी जिहड़ी रिचुअल्स ने वो मुख्तलिफ ने, साडे पंजाब च मुख्तलिफ ने, अरबां दियां मुख्तलिफ ने वगैरह वगैरह, पर बेसिक जिहड़ा कॉन्सेप्ट है वो ये है कि इट इज़ अ डेक्लेरेशन ऑफ ए वूमन एंड ए मैन that they are going to be a couple. Agla baan ji, jede ishq di ag de tao tatte tina dozkhan naal ki vaasta hai, eh hun heer jehdi hai oh apne argument nu hor further vadha rahi hai. Jede ishq di ag de tao tatte tina dozkhan naal ki vaasta hai, जिन्हां नूं इश्क दी अग ने तपाया होवे। उन्होंने दोज़ख ने की कहना है, मतलब इश्क दी अग ते आप भी अग है ते दोज़ख भी अग है, ते उन्होंने दोज़ख दी अग नाल की लैणा। जिन्हां एक दे नाम ते सिदक बद्धा, जिन्हां ने एक दे नां दे उत्ते यकीन कर लिया, उन्हां फिकर अंदेशड़ा कास्ताई, उन्हां नू फिकर अंदेशड़ा दा मतलब है वरी बॉदरेशन, उन्हां नू फिर कादी वरी रह जांदी है। आखिर सिद्ध यकीन ते कम पौसी, अखीर जेड़ा फैसला होना है वो तुहाडे सिदक, सिदक दा मतलब है तुहाडे डिटरमिनेशन बिलीफ, यकीन दा मतलब तुहाडी मानता ते। आखिर सिदक यकीन ते कम पौसी, कम उहदे नाल पैणा तुहाडा, मौत चिरग ए पुतला मासदा ही। मौत जिहड़ी है ओ एक बाज है, परिंदा है, जिवें शहबाज हुंदा है, ईगल। ते ए जिहड़ा बंदे दा जिहड़ा पुतला है ए मास दा है, मतलब ओ जिहड़ा चरग है उन्हें ए मास खा जाना है। दोज़ख मोरियां मिलन बेसिदक झूठे, जिन्हां बाण तकन आस पास दाई। दोज़ख दियां जिहड़ियां मोरियां ने, दोज़ख दियां जिहड़ियां नैरो रहण वालियां चीज़ां ने, वो उन्हां नूं मिलनियां ने जिहड़े बेसिदक ते झूठे ने। पीड़े पैंदे होए सर जी। हाँ जी, ए पीड़े पैंदे होए। हाँ जी, हाँ जी, हाँ जी। सॉरी डॉक्टर साहब, ए जिना एक दे नाउ ते सिदक बदा, ए एक अल्लाह ताला आला एका के ए एक दो बंदे ना एका, मतलब जेड़े दो प्यार करने वाले एक कोई गे। इत्थे जिहड़ी इहो ही डिबे, इहो ही जिहड़ी जिहड़ी फिलोसॉफिकल जिहड़ी एसेंस है, वो इहो ही है
जे हीरे कह रही है कि वो एक लवर भी है तो वो ही रब भी है। अच्छा मतलब वो दो नहीं है के। और बाकी का जड़ा जड़ा लिटरेचर है पंजाबी दा क्लासिकल उदे विच भी अगर तुसी देखो ते जड़ा रांझा है उन्हों उन्हों मैनियां ची लिया गया है कि वो रब दी रब जड़ा है वो रांझे दी शकल च आ गया। जी सो मतलब इत्थे एक इनडायरेक्टली तुसी ए भी कह सकदे हो कि जेड़ा ए वारिशा दोवां नूं एक कर रहा है ते उन्हां नूं एक करन दे विच जेड़ी 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 रब दे बारे च दूज है कि वो एक वक्री हस्ती है ते बंदा एक वक्री हस्ती है उन्हां नूं भी रद्द कर रहा है वारिशा कि वो असल दे विच एक ही हस्ती है बंदा ते रब। अगला जी अच्छा जी लिखिया विच कुरान किताब दे है गुनाहगार खुदा दा चोर है नी ए ते साफ ही है ए ओ मौलवी कह रहा है हुक्म माओं ते बाप दा मन लेना एहो राह तरीक दा जोर है जी। अच्छा हुण तुसी ए देखो कि लिखिया विच कुरान किताब दिया गुनाहगार खुदा दा चोर है जी ते जिहड़ा चो गुनाहगार है जिहड़ा सिन करदा है वो रब दी चोरी करदा है ते कुरान दा मनना की है हुक्म माओ ते बाप दा मन लेना मतलब ए ट्विस्ट है के जिहड़ा काजी है वो हुण जिहड़ा कुरान है उन्हों जिहड़ी सोशल प्रैक्टिस है वो उदे उदे नाल मिला रहा है। देखो ना जी अगर फर्ज करो कोई बंदा मां ते प्यो दा हुक्म नहीं मनदा जिवें हीर नहीं मन रही ते वो रब दा गुनाहगार किवें हो गया। लेकिन काजी दी नज़र दे विच जिहड़ा स्टेटस को है उन्नू मनना और उन्नू मन लेना जिहड़ा हैगा है वो रब दा मनना हैगा यानी स्टेटस को ते रब काजी दी नज़र दे विच इक ही चीज़ है। एहो राह तरीक दा जोर है नी मतलब एहो ही जड़ा रस्ता है एहो ही ठीक है जिन्ना ना मनिया पछता रोसन पैर वेख के झूर दा मोर है नी जिन्ना ने ए ना मनिया ओ अखीर पछताउणगे इंजी जिवें मोर जड़ा है ना वो जदों अपने पैरां नूं वेखदा है उदे पैर अगली हुंदे ने ते ओ पैरां नूं वेख के झूरदा है ओ पछताउंदा है। जो कुछ माँ ते बाप ते असी करिए उत्थे तुद दा कुछ ना जोर है नी हुण इहदे विच साफ साफ मज़हब नूं कुरान नूं एक पासे रख दिता गया है ते हुण काई साहब कह रहे ने जो कुछ मां ते बाप ते असी करांगे उहो ही होना है उत्थे तेरा कोई उत्थे तेरा कोई जोर जोर नहीं चलना।
मतलब ये है कि हूँ जी सोसाइटी है और सोसाइटी ने जो करवाना है ये ही होना है। तो इत्थे कुरान की भी कोई उन्हें शर्त नहीं लाई। अच्छा जी अगे अगला बंद काजी माओं ते बाप अकरार कीता ही रांझे दे नाल व्याहुणी है। हुण हीर कहिंदी है कि मां प्यो ने जिहड़ा है वह ये वादा कीता सी कि हीर जिहड़ी है वह रांझे दे नाल व्याही जाणी है। असां उस दे नाल चा कौल कीता ते असी उदे नाल वादा कर लिया यानी रांझे नाल वादा कर लिया। लवे गौर दे तीक नवाणी है लवे गौर गौर का मतलब है कबर के कबर दे कंडे तक असी उदे नाल नवाणी है। अंत राजे रांझे नू हीर परना देनी ये क्या जांदा सी कि अखीर ते रांझे ही जिहड़ी है उनू रांझे नाल ब्याह दिता जाना है। कोई रोज दी ए प्रौणी है ते ए ते इत्थे जिहड़ी रह रही है यानी सालां दे घर च ते बस एक मेहमान दे तौर ते रह रही है इन्हें ते फिर रांझे दे नाल चले जाना है। वारिशा न जान दी मुझ कमली खुरश शेर दी गधे नू डाणी है। वारिशा मैं हीर कहती है कि मैं कमली सा मैं नहीं सा जानती कि शेर की खुराक जी है वह खोते नू पाती जाएगी। खुरश का मतलब है खुराक खुरश शेर की गधे नू डाणी है। अगला बंद सर जी ये कादी करार कीता सी माओ बाप ने कि तेनू उहदे नाल व्याह देना मतलब ये है कि जो ओनू मोड़ के लियाए सन ना गुस्से नू। अच्छा उदो दी डॉक्टर साहब एक दसो थोड़ा जा के आ जड़ी स्टोरी कोई एदी हैगी कि मोर सैना सोना ते पैर इन्ने माड़े ने कोई एदी भी मेरा ख्याल कोई स्टोरी है पिछे मैनू नहीं पता बस ये क्या जांदा है कि मोर जड़ा है उत्तों बहुत सोहना है पैर ओदे बड़े अगली ने ते मोर पछताउंदा है अपने पैरां नूं वेख के। अच्छा कुरब विच दरगाह दे तिन्हां नूं है जिहड़े हक दे नाल निगाहें लींदे। ये हुण काजी कह रहा है कि दरगाह यानी खुदा दे दरबार दे विच कुरब दा मतलब है नीयरनैस क्लोजनैस उन्हां नूं वो क्लोज होंगे ने खुदा दे घर दे या खुदा दे दरबार दे जिहड़े हक दे नाल निगाहिणी है जिहड़े सच्चाई दे नाल वेखदे ने निगाहिणी है वेखदे ने। माँ बाप दे हुकम दे विच चले बहुत जौक दे नाल व्याहणी है विवाहणी है। ते ओ लोग ने जिहड़े क्लोज होणगे रब दे जिहड़े मां ते प्यो दे हुकम विच चलदे ने ते ओ उहनां दा बड़ा शौक दे नाल बड़े जौक दे नाल उहनां दा विआह होएगा। जिहड़े शरां तों जाण बे हुकम होए विच हावीए दोज़ख लाहणी गे। ते जिहड़े शरां दे हुकम जिन्हां ने शरां दा हुकम ना मनिया उहदे बागी हो गए उन्हां नूं हावी दोज़ख दे विच ला दिता जाएगा। जिहड़े हक दे नाल प्यार वंडन अठ बेशत भी उन्हां नूं चाहणी है। ते जिहड़े हक दे नाल यानी रब दे नाल प्यार वंडदे ने उन्हां नूं अठ बेशत भी उन्हां नूं चाहुंदे ने। जिहड़े नाल तकबरी आकड़नगे जिहड़े गुरूर दे नाल
आकड़ा करनगे वांग ईद दे बकरे ढाएंगे ते उनानू एवें एवें उनानू जिबा कीता जाना है जिवें ईद दे बकरे नू जिबा कीता जांदा है। तन पाल के जिन्हां खुद रवी कीते जिन्हां ने अपने जिस्म सिर्फ अपने जिस्म पाले ते अपनी ही मर्जी कीती यानी रब की मर्जी नहीं कीती अपनी ही मर्जी कीती अगे अग दे आकबत डाणी गए अखीर नूं यानी आकबत वाले दिन यानी मरण तो बाद जिहड़ा जिहड़ा हिसाब दा दिन होएगा उन्हां नूं अग दे विच सुट दिता जाएगा। वारिशां मियां जिहड़े बहुत सियाणे कां वांग पलाक विच फाणी वारिशां मियां जिहड़े सियाणे बड़े सियाणे कां हुंदे ने ना ओह ही छेती फसदे ने कौं वांग पलाक विच फाणी गए पलाक पलाक इन्होंने पता नहीं की लिखा है लेकिन मेरा ख्याल है कि वह शायद फाई के महीनों च है लेकिन यदा मतलब फौरन भी है इमीजिएट भी हो सकता पलक पलक लिखा साडा जिदा कि पलक चपण चपण मैं पता है मैं इस वास्ते दोवें जिक्र कर रहे हैं। अगला बंद है अगले जिने एक दे नाउ ते महब होए ये हुण हीर कह रही है जिहड़े एक दे नाउ ते महब होए मंजूर खुदा दे राह देने। अच्छा हुण जिहड़ी 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 हीर है वो बार बार जिहड़ा जिक्र है वो एक दा कर रही है काजी जिहड़ा है वो एक दा जिक्र नहीं कर रहा ओ मां ते प्यो ते सोसाइटी दा जिक्र कर रहा है। ये दोहां दा बेसिक जिहड़ा है ओ ओ ओ डिफरेंस हैगा जिहड़े एक दे नाम ते महब होए महब होण दा मतलब अब्जॉर्ब हो गए जिहड़े एक दे नाम ते अब्जॉर्ब हो गए मंजूर खुदा दे राह देने ओही जड़े ने खुदा का जरा राह है उदे विच उही उना दी ही मंजूरी होंगी है जड़े एक दे ना ते मैं होंगे ने जिन्ना सिद्क यकीन तहकीक कीता मकबूल दरगाह अला देने जिन्ना ने बिलीफ और अपना यकीन जड़ा सी वो पक्का कर लिया रब दी दरबार विच मकबूल दा मतलब है एक्सेप्टेड होंगे जिन्ना एक दा राह दुरुस्त कीता तिना फिक्र अंदेशड़े का देने जिन्ना ने एक दा राह जिहड़ा वो ठीक फड़ लिया दुरुस्त कर लिया उन्होंने कोई फिक्र करन दी लोड़ नहीं जिन्हां नाम महबूब दा विरद कीता जिन्हां ने अपने महबूब दा नाम जपया ओ साहिब मर्तबा जा देने मर्तबा जा जा मतलब उच्ची उच्चे ओ उच्चे मर्तबे दे लोक ने जेड़े रिश्वतां खा के हक रोड़न ओ चोर उचकड़े राह देने ते जिहड़े रिश्वतां ओए हुण काजी नूं ओह कह रही है कि तू रिश्वत खा के ते लोकां दा हक मारना है जिहड़े रिश्वतां खा के हक रोड़न ओ चोर उचकड़े राह देने मतलब जिहड़े ते
ਸਿਦਕ ਯਕੀਨ ਵਾਲੇ ਨੇ ਉਹ ਤੇ ਰੱਬ ਦੇ ਰਾਹ ਨੇ, ਰੱਬ ਦੇ ਰਾਹ ਦੇ ਬੰਦੇ ਨੇ, ਤੇ ਜਿਹੜੇ ਰਿਸ਼ਵਤਾਂ ਖਾ ਕੇ ਤੇ ਹੱਕ ਰੋੜਦੇ ਨੇ, ਹੱਕ ਮਾਰਦੇ ਨੇ, ਉਹ ਉਸ ਰਾਹ ਦੇ ਚੋਰ ਉਚੱਕੇ ਨੇ। ਇਹ ਕੁਰਾਨ ਮਜੀਦ ਦੇ ਮਹਿਨੇ ਨੇ ਜਿਹੜੇ ਸ਼ੇਰ ਮੀਆਂ ਵਾਰਿਸ ਸ਼ਾਹ ਦੇ ਨੇ। ਇੱਥੇ ਹੁਣ ਵਾਰਿਸ ਸ਼ਾਹ ਜਿਹੜਾ ਹੈ ਉਹ ਬਹੁਤ ਕਲੇਮ ਕਰ ਰਿਹਾ ਹੈ ਕਿ ਇਹ ਜਿਹੜੀ ਮੈਂ ਕਹਾਣੀ ਜਾਂ ਜੋ ਕੁਛ ਮੈਂ ਲਿਖ ਰਿਹਾ ਇਹ ਐਕਚੁਅਲੀ ਇਹੋ ਹੀ ਕੁਰਾਨ ਮਜੀਦ ਦੇ ਮਹਿਨੇ ਨੇ। ਇਹ ਕੁਰਾਨ ਮਜੀਦ ਦੇ ਮਹਿਨੇ ਨੇ ਜਿਹੜੇ ਸ਼ੇਰ ਮੀਆਂ ਵਾਰਿਸ ਸ਼ਾਹ ਦੇ ਨੇ। ਕੰਟਰੋਵਰਸ਼ਲ ਗੱਲ ਕਰ ਰਿਹਾ ਵਾਰਿਸ ਸ਼ਾਹ। ਹਾਂ ਕਰ ਰਿਹਾ ਲੇਕਿਨ ਹੀ ਡਸਨਟ ਕੇਅਰ। ਹਾਂ ਇਹ ਤਾਂ ਸੀ ਸ਼ਹਿਰ ਦੇ ਹਿਸਾਬ ਨਾਲ ਠੀਕ। ਹਾਂ ਮਤਲਬ ਇਹ ਹੈ ਕਿ ਉਹ ਤੇ ਉਹ ਕਹਿ ਰਿਹਾ ਜਿਹੜੀ 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 ਉਹਨੂੰ ਸਮਝ ਆ ਰਹੀ ਹੈ। I'm just really fascinated. Sorry. I'm feeling very emotional right now. That's a line that Varish Shah jada hai wo te kar reya na odi jehdi oda Quran da jada apne vallon jada Quran da essence hai odi onu elaborate kar reya o ਜਿਹੜੇ ਲਫਜ਼ਾਂ ਦੇ ਗੁੰਝਲ ਨੇ ਮੌਲੀਆਂ ਦੇ ਪਾਏ ਹੋਏ ਉਹਨਾਂ ਦੇ ਪਿੱਛੇ ਨਹੀਂ ਜਾ ਰਿਹਾ। ਅਗਲਾ ਜੀ ਕਾਜ਼ੀ ਆਖਿਆ ਇਹ ਜੇ ਰੋੜ ਪੱਕਾ ਹੀਰ ਝਗੜਿਆਂ ਨਾਲ ਨਾ ਹਾਰਦੀ ਹੈ। ਕਾਜ਼ੀ ਨੇ ਆਖਿਆ ਕਿ ਇਹ ਜਿਹੜੀ ਹੀਰ ਹੈ ਇਹ ਬੜਾ ਪੱਕਾ ਰੋੜ ਹੈ ਤੇ ਇਹ ਝਗੜਿਆਂ ਨਾਲ ਨਹੀਂ ਹਾਰਦੀ। ਮਤਲਬ ਇਹ ਹੈ ਕਿ ਕਾਜ਼ੀ ਨੇ ਇੱਥੇ ਮੰਨ ਲਿਆ ਕਿ ਉਹ ਆਰਗੂਮੈਂਟ ਹਾਰ ਗਿਆ ਹੈ ਹੀਰ ਕੋਲੋਂ। ਉਹ ਹੀਰ ਨੂੰ ਆਰਗੂਮੈਂਟ ਦੇ ਵਿੱਚ ਝੂਠਾ ਨਹੀਂ ਕਰ ਸਕਿਆ। ਲਿਆਓ ਪੜ੍ਹੋ ਨਕਾਹ ਮੂੰਹ ਬੰਨ ਇਸਦਾ, ਇਹਨੂੰ ਲਿਆਓ ਤੇ ਇਹਦਾ ਮੂੰਹ ਬੰਨ ਕੇ ਇਹਦਾ ਨਿਕਾਹ ਪੜ੍ਹ ਦੇ। ਮਤਲਬ ਇਹਦਾ 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 ਕੋਈ ਇਹਦਾ ਕੋਈ ਹਾਂ ਕਹਿਣਾ ਜਿਹੜਾ ਹੈ ਉਹ ਜ਼ਰੂਰੀ ਨਹੀਂ ਹੈਗਾ। ਕੋਈ ਫਸਾਦ ਗੁਜ਼ਾਰਦੀ ਹੈ ਇਹਦਾ ਜੇ ਮੂੰਹ ਬੰਨ ਕੇ ਨਿਕਾਹ ਨਾ ਪੜਿਆ ਤੇ ਇਹ ਕੋਈ ਹੋਰ ਫਸਾਦ ਕਰੇਗੀ। ਛੱਡ ਮਸਜਿਦਾਂ ਡੇਰਿਆਂ ਵਿੱਚ ਵੜਦੀ, ਇਹ ਮਸੀਤ ਦੀ ਬਜਾਏ ਡੇਰਿਆਂ ਵਿੱਚ ਜਾ ਵੜਦੀ ਹੈ। ਡੇਰੇ ਜਿੱਥੇ ਨੌਜਵਾਨ ਮੁੰਡੇ ਤੇ ਭੰਗੀ ਚਰਸੀ ਬੈਠੇ ਹੁੰਦੇ ਨੇ ਉੱਥੇ ਚਲੀ ਵੜਦੀ ਹੈ। ਛੱਡ ਬੱਕਰੀਆਂ ਸੂਰੀਆਂ ਚਾਰਦੀ ਹੈ ਤੇ ਬੱਕਰੀਆਂ ਦੀਆਂ ਬਜਾਏ ਸੂਰ ਚਾਰਦੀ ਹੈ, ਪਿਗਸ ਨੂੰ ਪਿਗਸ ਚਾਰ ਰਹੀ ਹੈ। ਵਾਰਿਸ ਸ਼ਾਹ ਮੁਦਾਂ ਮੁਦਾਣੀ ਹੈ ਹੀਰ ਜੱਟੀ, ਇਸ਼ਕ ਦਹੀਂ ਦਾ ਘਿਓ ਨਿਤਾਰਦੀ ਹੈ। ਵਾਰਿਸ ਸ਼ਾਹ ਹੀਰ ਜਿਹੜੀ ਹੈ ਉਹ ਇੱਕ ਐਸੀ ਮੁਦਾਣੀ ਹੈ ਜਿਹੜੇ ਜਿਹੜੀ ਇਸ਼ਕ ਦੇ ਦਹੀਂ ਦਾ ਘਿਓ ਕੱਢ ਰਹੀ ਹੈ। ਕਿਆ ਬਾਤ, ਬਹੁਤ ਵਧੀਆ ਡਾਕਟਰ ਸਾਹਿਬ ਜੀ ਇਹ ਲਾਈਨਾਂ ਤੇ। ਬਹੁਤ ਇਮੇਜਰੀ, ਦੈਟਸ ਅਮੇਜ਼ਿੰਗ। ਵਾਰਿਸ਼ਾ ਮਧਾਣੀ ਹੈ ਹੀਰ ਜੱਟੀ, ਇਸ਼ਕ ਦਹੀਂ ਦਾ ਘਿਓ ਨਤਾਰਦੀ ਹੈ। ਅਗਲਾ ਬੰਨ ਜੀ, ਕਾਜ਼ੀ ਬੰਨ ਨਕਾ ਤੇ ਘੱਤ ਡੋਲੀ, ਨਾਲ ਖੇੜਿਆਂ ਦੇ ਦਿੱਤੀ ਤੋਰ ਮੀਆਂ। ਇਹ ਤਾਂ ਸਾਫ ਹੀ ਹੈ, ਤੇਵਰ ਬੇਵਰਾਂ ਨਾਲ ਜੜਾਓ ਗਹਿਣੇ, ਇਹ ਮੁਖਤਲਿਫ ਤਰ੍ਹਾਂ ਦੇ, ਯਾਨੀ ਤੇਵਰ ਦਾ ਮਤਲਬ ਹੈ ਜਿਹੜੇ ਕੱਪੜੇ ਤੇ ਬੇਵਰ ਜਿਹੜੇ ਜਿਹੜੀ ਜਿਊਲਰੀ ਹੈ ਤੇ ਜੜਾਓ ਗਹਿਣੇ। ਦਮ ਦੌਲਤਾਂ ਨਿਮਤਾਂ ਹੋਰ ਵੀ ਆ ਤੇ ਹੋਰ ਵੀ ਹਰ ਤਰ੍ਹਾਂ ਦੀ ਜਿਹੜੀ ਕੋਈ ਨਫੀਸ ਸ਼ੈ ਸੀ ਉਹ ਵੀ ਸ਼ਾਮਿਲ ਕੀਤੀ ਗਈ। ਟੁਮਕ ਮਹੀ ਤੇ ਗੋਰੜੇ ਉੱਠ ਦਿੱਤੇ, ਯਾਨੀ ਟੁਮਕ ਮਹੀ ਤੇ, ਟੁਮਕ ਜਿਹਦਾ ਮਤਲਬ ਹੈ ਉਹ ਹੈ ਇੱਕ ਲਹਿਦਾ ਇੱਕ ਪੰਡ ਚੀਜ਼ਾਂ ਦੀ ਜਾਂ ਇੱਕ ਜ਼ਖੀਰਾ ਚੀਜ਼ਾਂ ਦਾ,
ਉਹ ਵੀ ਦਿੱਤਾ ਤੇ ਮਈਆਂ ਵੀ ਦਿੱਤੀਆਂ ਤੇ ਘੋੜੇ ਤੇ ਊਠ ਵੀ ਦਾਜ ਵਿੱਚ ਦਿੱਤੇ ਗਏ। ਗਹਿਣਾ ਪੱਤਰਾ ਡੱਗਰਾ ਢੋਰ ਮੀਆਂ ਤੇ ਗਹਿਣਾ ਪੱਤਾ ਤੇ ਹੋਰ ਢੱਗੇ ਤੇ ਹੋਰ ਜਿਹੜੇ ਜਾਨਵਰ ਨੇ ਉਹ ਵੀ ਜਿਹੜੇ ਨੇ ਉਹ ਦਿੱਤੇ ਗਏ ਉਹਨੂੰ ਉਹਨੂੰ ਦਾਜ ਵਿੱਚ। ਸਾਡਿਆਂ ਵੇਲਿਆਂ ਵਿੱਚ ਤੱਕ ਆਉਂਦਿਆਂ ਆਉਂਦਿਆਂ ਆਮ ਤੌਰ 'ਤੇ ਇੱਕ ਮੱਝ ਜਿਹੜੀ ਹੈ ਉਹ ਦਾਜ ਵਿੱਚ ਦਿੱਤੀ ਜਾਂਦੀ ਸੀ। ਮੇਰੀਆਂ ਦੋਵਾਂ ਭੈਣਾਂ ਦੇ ਵਿਆਹ 'ਤੇ ਇੱਕ ਇੱਕ ਮੱਝ ਦਿੱਤੀ ਗਈ ਸੀ। ਖੀਰ ਖੇੜਿਆਂ ਨਾਲ ਨਾ ਮੂਲ ਨਾ ਟੁਰੇ ਮੂਲੇ ਪਿਆ ਪਿੰਡ ਦੇ ਵਿੱਚ ਹੈ ਸ਼ੋਰ ਮੀਆਂ। ਖੀਰ ਜਿਹੜੀ ਹੈ ਉਹ ਖੇੜਿਆਂ ਦੇ ਨਾਲ ਬਿਲਕੁਲ ਨਹੀਂ ਤੁਰ ਰਹੀ ਤੇ ਉਹਦਾ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ। ਖੇੜੇ ਜਿੰਨ ਕੇ ਹੀਰ ਨੂੰ ਰਮਾ ਹੋਏ, ਖੇੜੇ ਜਿਹੜੇ ਨੇ ਹੀਰ ਨੂੰ ਲੈ ਕੇ ਤੇ ਉੱਥੋਂ ਚੱਲ ਪਏ। ਜਿਵੇਂ ਮਾਲ ਨੂੰ ਲੈ ਵਗੇ ਚੋਰ ਮੀਆਂ, ਇਸ ਤਰੀਕੇ ਦੇ ਨਾਲ ਉਹ ਹੀਰ ਨੂੰ ਲੈ ਕੇ ਜਾ ਰਹੇ ਨੇ ਜਿਵੇਂ ਚੋਰ ਚੋਰੀ ਦਾ ਮਾਲ ਲੈ ਕੇ ਜਾਂਦੇ। ਲਓ ਜੀ ਹੁਣ ਇੱਥੋਂ ਤੱਕ ਪਹਿਲੇ ਪੜ੍ਹੋ ਨਾ ਤੁਸੀਂ। ਅੱਛਾ ਡਾਕਟਰ ਸਾਹਿਬ, ਇਸੇ ਹੀ ਸੀਨ ਜਿਹੜਾ ਦਿਖਾ ਰਹੇ ਨੇ ਵਿਆਹ ਦੇ ਵਿੱਚ, ਇਸੇ ਨੂੰ ਤੁਸੀਂ ਕਿਹੜੇ ਦੱਸਦੇ ਆ ਕਿ ਜਿਹਨੇ ਉਹ ਝੂਠਾ ਲਿਖਿਆ ਕਿ ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਉਹਦੇ 'ਚ ਡਿਸਕ੍ਰਿਪਸ਼ਨ ਬਿਲਕੁਲ ਫਿੱਟ ਹੁੰਦੀ ਹੈ ਜੋ ਇੱਥੇ ਸੀਨ ਅਸੀਂ ਦੇਖ ਰਹੇ ਹਾਂ? ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ ਵੇ ਕੇ ਆਪਣੇ, ਮਤਲਬ ਉਹਨਾਂ ਨੇ ਵਾਰਸ ਦੀ ਤਾਂ ਨਹੀਂ ਪਰ ਉਹ ਲੋਕੀ ਇਸ ਚੀਜ਼ 'ਤੇ ਬੜੇ ਇਮੋਸ਼ਨਲ ਹੁੰਦੇ ਨੇ। ਨਹੀਂ ਨਹੀਂ ਨਹੀਂ, ਉਹਦੇ ਵਿੱਚ ਤੇ ਜਿਹੜੀ ਹੀਰ ਦਾ ਕਰੈਕਟਰ ਹੈ ਉਹ ਤੇ ਇੱਕ ਬੜੀ ਪੈਸਿਵ ਸਬਮਿਸਿਵ ਕੁੜੀ ਦਾ ਨਾ, ਹੈਲਪਲੈਸ ਕੁੜੀ ਦਾ ਨਾ, ਐਵੇਂ ਜਿਹੜੀ ਅੱਜ ਕੱਲ ਦੀਆਂ ਮਿਡਲ ਕਲਾਸ ਕੁੜੀਆਂ ਨੇ ਉਸ ਤਰ੍ਹਾਂ ਦਾ ਨਾ ਜੀ। ਤੇ ਹੀਰ ਤੇ ਇੱਥੇ ਜਿਹੜੀ ਹੈ ਉਹ ਉਹਨਾਂ ਨੂੰ ਗਾਲਾਂ ਕੱਢ ਰਹੀ ਹੈ ਉਹਨੂੰ ਵਿਆਹਣ ਵਾਲਿਆਂ ਨੂੰ। ਇਸ ਲਈ ਉਹ ਮੰਗ ਬਾਰਿਸ਼ ਸ਼ਾਹ ਦਾ ਹੈ ਹੀ ਨਹੀਂ ਹੈ ਜਿਹੜਾ ਕਿ ਹੁਣ ਸ਼ਾਮਿਲ ਵੀ ਨਹੀਂ ਕੀਤਾ ਜਾਂਦਾ। ਚਲੋ ਜੀ ਪੜ੍ਹੋ। ਚਲੋ ਮੈਂ ਜਿਹੜਾ ਇੱਥੇ ਆ ਕਿ ਵੀ ਜਿਹੜੇ ਸੀਗੇ ਖੇੜੇ, ਉਹਨਾਂ ਨੂੰ ਪਤਾ ਸੀਗਾ ਕਿ ਵੀ ਹੀ ਡਜ਼ਨਟ ਵਾਂਟ ਟੂ ਕਮ, ਉਹ ਵੀ ਫਿਰ ਉਹਨੂੰ ਇਕਨੋਮਿਕ ਰੀਜ਼ਨ ਵੀ ਲੈ ਕੇ ਗਏ ਕਿਉਂਕਿ ਉਹਦੇ ਚ ਇੰਨਾ ਕੁਛ ਮਿਲਣਾ ਸੀ। ਆਹੋ ਆਹੋ, ਮਤਲਬ ਖੇੜਿਆਂ ਨੂੰ ਬਾਰਿਸ਼ਾਂ ਦੇ ਵਿੱਚ ਤੇ ਇਹ ਵਾਜ਼ੇ ਨਹੀਂ ਹੁੰਦਾ ਕਿ ਖੇੜਿਆਂ ਨੂੰ ਕਿੰਨਾ ਪਤਾ ਸੀ, ਲੇਕਿਨ ਅਗਰ ਤੁਸੀਂ ਦਮੋਦਰ ਦਾਸ ਨੂੰ ਪੜ੍ਹੋ ਨਾ, ਦਮੋਦਰ ਦਾਸ ਦਾ ਜਿਹੜਾ ਸੀਨ ਹੈ ਇੱਥੇ ਇੱਥੇ ਦਾ ਨਿਕਾਹ ਦਾ ਤੇ ਉਹਨਾਂ ਦਾ, ਤੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਦਮੋਦਰ ਦਾਸ ਦੇ ਵਿੱਚ ਖੇੜਿਆਂ ਨੂੰ ਪੂਰਾ ਪਤਾ ਹੈ ਕਿ ਇਹ ਜਿਹੜੀ ਹੈ ਇਹ ਰਾਂਝੇ ਦੇ ਨਾਲ ਹੈ ਤੇ ਅਸੀਂ ਇਹਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਹਾਂ। ਪਰ ਇੱਥੇ ਵੀ ਦੇਖੋ ਨਾ ਸਰ ਜੀ, ਇਸ ਲਾਈਨ ਚ ਹੀ ਹੈ ਨਾ, ਖੇੜੇ ਘਿਣ ਕੇ ਹੀਰ ਨੂੰ ਰਵਾਂ ਹੋਏ ਜਿਉਂ ਮਾਲ ਨੂੰ ਲੈ ਵਗੇ ਚੋਰ ਮੀਆਂ, ਇੱਥੇ ਵੀ ਇਹਨਾਂ ਨੇ ਇਹ ਇਸ਼ਾਰਾ ਹੀ ਕੀਤਾ। ਹਾਂਜੀ ਹਾਂਜੀ, ਲੇਕਿਨ ਡਾਕਟਰ ਸਾਹਿਬ ਪਿੱਛੇ ਵਾਜ਼ੀ ਹੋ ਚੁੱਕਿਆ ਹੈ ਕਿ ਜਦੋਂ ਉਦੋਂ ਵੀ ਇਹੀ ਰਸਮ ਸੀ ਕਿ ਵਿਆਹ ਬਰਾਬਰ ਵਾਲਿਆਂ ਚ ਹੁੰਦਾ ਸੀ, ਤੇ ਉਹਨਾਂ ਨੂੰ ਪਤਾ ਸੀ ਦੋਵਾਂ ਨੂੰ ਕਿ ਬਰਾਬਰ ਵਾਲਿਆਂ ਚ ਹੋ ਰਿਹਾ, ਤੇ ਪੰਚਾਇਤ ਨੇ ਵੀ ਕਿਹਾ ਸੀ ਕਿ ਬਰਾਬਰ ਵਾਲਿਆਂ ਚ ਹੀ ਕਰਨਾ ਚਾਹੀਦਾ ਸੀ। ਜਸਟ ਕਮੈਂਟ ਤੇ ਮੈਂ ਪੜ੍ਹਨਾ ਡਾਕਟਰ ਸਾਹਿਬ 212। ਕਾਲੂ ਬਲਾ ਦੇ ਦਿਨ ਨਿਕਾਹ ਬੁੱਧਾ ਬੱਧਾ ਰੂਹ ਨਬੀ ਦੀ ਆਪ ਪੜ੍ਹਾਇਆ ਈ, ਕੁਤਬ ਹੋ ਵਕੀਲ ਵਿੱਚ ਆ ਬੈਠਾ ਹੁਕਮ ਰੱਬ ਨੇ ਆਨ ਕਰਾਇਆ ਈ, ਜਬਰਾਇਲ ਮੀਕਾਇਲ ਗਵਾਹ ਚਾਰੇ ਇਜ਼ਰਾਇਲ ਇਸਰਾਫੀਲ ਆਇਆ ਈ, ਅਗਲਾ ਤੋੜ ਕੇ ਹੋਰ ਨਿਕਾਹ ਪੜ੍ਹਨਾ ਆਖ ਰੱਬ ਨੇ ਕਦੋਂ ਫਰਮਾਇਆ ਈ। ਮੈਂ ਪੜ੍ਹ ਦਿੰਦੀ ਹਾਂ ਜੀ। ਜਿਹੜੇ ਇਸ਼ਕ ਦੀ ਅੱਗ ਦੇ ਤਾਓ ਤੱਪੇ, ਤਿੰਨਾਂ ਦੋਜ਼ਖਾਂ ਨਾਲ ਕੀ ਵਾਸਤਾ ਈ, ਜਿਨ੍ਹਾਂ ਇੱਕ ਦੇ ਨਾਂ ਤੇ ਇਸ਼ਕ ਬੱਧਾ ਉਹਨਾਂ ਫਿਕਰ ਸਿਦਕ ਬੱਧਾ ਉਹਨਾਂ ਫਿਕਰ ਅੰਦੇਸੜਾ ਕਾਸਤਾ ਈ, ਆਖਿਰ ਸਿਦਕ ਯਕੀਨ ਤੇ ਕੰਮ ਪੌਸੀ ਮੌਤ ਚਰਗ ਇਹ ਪੁਤਲਾ ਮਾਸਦਾ ਈ, ਦੋਜ਼ਖ ਮੇਰਿਆਂ ਮਿਲਣ ਬੇਸਿਦਕ ਝੂਠੇ ਜਿਨ੍ਹਾਂ ਬਾਣ ਤੱਕਣ ਆਸ
आस पास दाई जिन्ना बाण तकन आस पास दाई बाण दा मतलब होंदा है आदत जिन्ना इधर उधर तकन दी आदत हो गए। चलो जी अगला बाण मैं पढ़नी हां 214 लिखिया विच कुरान किताब दे है गुनाहगार खुदा दा चोर है नी हुक्म माओ ते बाप दा मन लेना है राहे तरीक दा जोर है नी जिन्ना ने मनिया पिछोता रोशन जिन्ना ना मनिया पिछोता रोशन पैर वेह के जूदा नहीं इंज पढ़ो जिन्ना ना मनिया पिछोता रोशन जिन्ना ना मनिया पिछोता रोशन पैर वेह के झूरदा मोर है नी जो कुछ दो मिनट जी ओ जो कुछ माओ ते बाप ते असी करिए ओथे तुद दा कुछ ना जोर है नी। हाँ जी हाँ जी सर जी जेड़ी आ लाइन है ना एथे साडे लिखिया एहो राह तरीकत दा जोर है नी हुकम माओ ते बाप दा मन लेना एहो राह तरीकत दा जोर है नहीं 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 ये तरीक है तरीकत नहीं हो सकता तरीकत ते सूफियां दा राह होंदा है ना ओही मैं सोची सी ओ ते सूफियाना नाल गल हो गई ना हां नहीं ये तरीक है तरीका। चलो जी मैं आगे पढ़ देना जी के हीर कह रही है कि काजी माओ ते बाप इकरार कीता हीर रांझे दे नाल व्याहुणी है असा उस दे नाल चा कॉल कीता लबे गौर दे तीक निभाउणी है अंत रांझे नू हीर प्रणा देनी कोई रोज दी ए प्रौणी है वारस शाह न जान दी मैं कमली खुरश शेर दी गले नू डौनी है। हाँ जी अगे जी तुसी जुबैर साहब पढ़ दियो गौर साहब कहंदे सी ओ जरा कह बोल नहीं सकदे क्योंकि मेरे ख्याल कोई मीटिंग वगैरह च ने किसे पास जुबैर जी तुसी पढ़ दियो हां कुर्ब विच दरगाह दे तिना नू है जेड़े हक दे नाल नकाहणगे माओ बाप दे हुकम दे विच चले बहुत जौक दे नाल दुआहणगे जेड़े शरा थो जान बेहुकम होए विच हावीए दोसखे लाणगे जेड़े हक दे नाल प्यार वंडण उठ बहिश्त भी उन्हां नू चाहणगे जेड़े नाल तकबरी आकड़णगे वांग ईद दे बकरे डायणगे तन पाल के जिन्ना खुद रोई कीती अगे अग दे आकबत डाणगे वारशा मियां जड़े बहुत सियाने काऊं वांग पलाक विच फायणगे। हां जी अगे चलो मदिया जी जेरे इक दे नाउ ते मैव होवे मंजूर खुदाए दे रा देनी जिन्ना सिद्दक यकीन तहकीक कीता मकबूल दरगाह इला देनी जिना एक दा राह दुरुस्त कीता तिना फिकर अंदेशरे का देनी जिना ना महबूब दा विर्द कीता ओ साहिब मर्तबा जा देनी जेरे जेरे रिश्वतां इज दैट राइट रिश्वतां सॉरी रिश्वतां खाई के हक रोरन ओ चोर उचक्रे रा देनी ये कुरान मजीद दे मैंने ने जेरे शराए वारिशा देनी जेरे शेर में वारिशा देनी सॉरी जेरे शेर में वारिशा देनी। हाँ जी अब हाँ जी अगला भाई पढ़ो। अच्छा जी काजी आख्या ए जे रोड पक्का हीर चगड़िया नाल ना हार दिए लियाओ पढ़ो नका मुंह बन इसदा किस्सा गोई फसाद गुजार दिए छड़ मस्जिदां दायरियां विच वड़दी छड़ बकरियां सूरियां चार दिए वारिशा सदानी है हीर जटी इश्क दे मदानी है हीर सॉरी
ਵਾਰਿਸ ਸ਼ਾਹ ਮਧਾਣੀ ਹੈ ਹੀਰ ਜੱਟੀ ਇਸ਼ਕ ਦਹੀਂ ਦਾ ਕਿਉਂ ਨਿਤਾਰਦੀ ਹੈ। 219 ਕਾਜ਼ੀ ਬਨ ਨਿਕਾਹ ਤੇ ਘੱਤ ਡੋਲੀ ਨਾਲ ਖੇੜਿਆਂ ਦੇ ਦਿੱਤੀ ਤੋਰ ਮੀਆਂ ਤੋਰ ਬੇਰੀਆਂ ਨਾਲ ਜੜਾਊ ਗਹਿਣੇ ਦਮ ਦੌਲਤਾਂ ਨੇ ਤੇਵਰ ਬੇਵਰੀਆਂ ਨਾਲ ਜੜਾਊ ਗਹਿਣੇ ਦਮ ਦੌਲਤਾਂ ਨੇਮਤਾਂ ਹੋਰ ਮੀਆਂ ਟਮਕ ਮਹੀ ਤੇ ਘੋੜੇ ਉੱਠ ਦਿੱਤੇ ਗਹਿਣਾ ਪੱਤਰਾ ਠਗਰਾ ਢੋਰ ਮੀਆਂ ਹੀਰ ਖੇੜਿਆਂ ਨਾਲ ਤੁਰੇ ਮੋਲੇ ਪਿਆ ਪਿੰਡੇ ਦੇ ਵਿੱਚ ਹੀਰ ਖੇੜਿਆਂ ਨਾਲ ਨਾ ਤੁਰੇ ਮੂਲੇ ਹੀਰ ਖੇੜਿਆਂ ਨਾਲ ਨਾ ਤੁਰੇ ਮੂਲੇ ਪਿਆ ਪਿਆ ਪਿੰਡੇ ਵਿੱਚ ਪਿੰਡ ਵਿੱਚ ਪਿੰਡ ਦੇ ਵਿੱਚ ਹੈ ਸ਼ੋਰ ਮੀਆਂ ਖੇੜੇ ਘਿਨ ਕੇ ਹੀਰ ਨੂੰ ਰਵਾਂ ਹੋਏ ਜਿਵੇਂ ਮਾਲ ਨੂੰ ਲੈ ਵੱਗੇ ਚੋਰ ਮੀਆਂ। ਮੇਰਾ ਖਿਆਲ ਅੱਜ ਕਾਫੀ ਹੋ ਗਿਆ ਇੰਨਾ। ਠੀਕ ਹੈ ਜੀ ਬਿਲਕੁਲ ਡਾਕਟਰ ਸਾਹਿਬ ਜੀ। ਕਮੈਂਟ ਮੈਂ ਦੇਣਾ ਚਾਹਣੀ ਆ ਇੱਕ ਜਿਹੜੀ ਅੱਲਾ ਤਾਲਾ ਨੀ ਕੁਰਬਤ ਹੀ ਹੈ ਉਸਨੀ ਜਿਹੜੀ ਜਾਂ ਅੱਲਾ ਤਾਲਾ ਨੇ ਜਿਹੜੇ ਅੱਲਾ ਨੇ ਜਿਹੜੇ ਪਸੰਦੀਦਾ ਬੰਦੇ ਉਸ ਉਸਨੀ ਇੰਟਰਪ੍ਰਿਟੇਸ਼ਨ ਕਾਜ਼ੀ ਨੀ ਵੀ ਫਰਕ ਕੀ ਤੇ ਹੀਰ ਨੀ ਵੀ ਫਰਕ ਕੀ ਇਹ ਮੈਨੂੰ ਫਰਕ ਲੱਗਾ। ਕਾਜ਼ੀ ਆਖਣਾ ਪਿਆ ਮਾਂ ਪਿਓ ਨੀ ਸੁਣ ਸੋ ਤੇ ਅੱਲਾ ਭੇਸ਼ਤ ਦੇਸੀ ਵਰਨਾ ਦੋਜ਼ਖ ਵਿੱਚ ਸੁੱਟਣ ਹੋ ਸੋ ਤੇ ਹੀਰ ਆਖਣੀ ਪੀ ਕਿ ਜੇ ਤੁਸਾਂ ਹਿੱਕ ਹੋਣਾ ਤੇ ਅੱਲਾ ਨੀ ਸਿੱਧਤ ਨਾਲ ਜੀਓ ਤੇ ਸਿੱਧਤ ਨਾਲ ਮਰੋ ਤੇ ਇਹ ਮਾਂ ਪਿਓ ਕੀ ਵਿੱਚ ਉਹ ਮਾਂ ਪਿਓ ਕੀ ਜਾਂ ਸੁਸਾਇਟੀ ਕੀ ਕੋਈ ਇੰਪੋਰਟੈਂਸ ਨਹੀਂ ਦੇਣੀ ਪੀ ਇਹ ਮਿਕੀ ਫਰਕ ਲਗਾ। ਔਰ ਇਹ ਬੜੀ ਜੈਨੂਅਨ ਕਿਸਮ ਦੀ ਇੰਟਰਪ੍ਰਿਟੇਸ਼ਨ ਹੀ ਹੈ ਕਿਉਂਕਿ ਇਹ ਡਿਸਕਸ਼ਨ ਅੱਜ ਤੱਕ ਮੈਂ ਤੱਕੀ ਹੋਣੀ। ਦੂਈ ਗੱਲ ਇਹ ਜਿਹੜਾ ਜਬਰਨ ਨਿਕਾਹ ਹੋਇਆ ਨਾ ਹੀਰ ਨਾ ਇਹ ਦਿਸ ਇਜ਼ ਸੋ ਡਿਸਟਰਬਿੰਗ ਕਿਉਂਕਿ ਤੁਸਾਂ ਕੀ ਅੱਜ ਵੀ ਇਹ ਸੋਸ਼ਲ ਪ੍ਰੈਸ਼ਰ ਔਰ ਇਹ ਜਬਰੀ ਨਿਕਾਹ ਤੁਸਾਂ ਕੀ ਦਿਸਣਾ। ਬਿਲਕੁਲ Qazi even agrees that he's right, like he can't argue back with her. But then it's like zabardasti karo mu band karo uska. I find that so horrible. Sir ji dekho Qazi jehda hai wo haar mann lenda hai na. ਪਰ ਸਰ ਜੀ ਦੇਖੋ ਫਿਰ ਜਸਟੀਫਾਈ ਹੋ ਜਾਂਦਾ ਨਾ ਕਿ ਹੀਰ ਦਾ ਅਖੀਰ ਚ ਰਾਂਝੇ ਨਾਲ ਜਿਹੜਾ ਉਹ ਭੱਜਦੀ ਹੈ ਵਟ ਐਵਰ ਜਿਹੜਾ ਉਹਨਾਂ ਦਾ ਰਿਸ਼ਤਾ ਬਣਦਾ ਅਖੀਰ ਦੇ ਵਿੱਚ ਕਿਉਂਕਿ ਉਹਦਾ ਉਹਦੇ ਨਾਲ ਖੇੜੇ ਨਾਲ ਵਿਆਹ ਨਹੀਂ ਹੋਇਆ ਉਹਦਾ ਨਿਕਾਹ ਨਹੀਂ ਹੋਇਆ ਸੋ ਦੈਨ ਇਟਸ ਜਸਟੀਫਾਈ। ਮਤਲਬ ਨਿਕਾਹ ਤਾਂ ਹੋਇਆ ਹੀ ਨਹੀਂ ਹੈ ਨਾ ਉਹੀ ਨਾ ਸੋ ਜਸਟੀਫਾਈਡ ਹੈ ਪੂਰਾ ਉਹਦਾ ਆਪਣੇ ਆਪ ਨੂੰ ਉਹਦੇ ਖੇੜੇ ਕੋਲੋਂ ਬਚਾ ਕੇ ਰੱਖਣਾ ਔਰ ਫਿਰ ਦੈਨ ਗਿਵਿੰਗ ਹਰਸੈਲਫ ਟੂ ਰਾਂਝਾ ਇਹ ਸਭ ਦੀ ਜਸਟੀਫਿਕੇਸ਼ਨ ਹੋ ਜਾਂਦੀ ਹੈ ਨਾ ਇੱਦਾਂ ਕਿਉਂਕਿ ਨਿਕਾਹ ਤੇ ਹੋਇਆ ਹੀ ਨਹੀਂ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਰ ਡਾਕਟਰ ਮੈਂ ਹੈਰਾਨ ਹੈ ਕਿ ਵਾਰਿਸ ਸ਼ਾਹ ਦੀ ਪੋਇਟਰੀ ਦੇ ਕਮਾਲ ਦੇ ਵਿੱਚ ਕਿਸ ਤਰ੍ਹਾਂ ਇਸ ਛੋਟੇ ਜਿਹੇ ਪੁਆਇੰਟ ਨੂੰ ਡਾਇਸੈਕਟ ਕੀਤਾ ਕਿ ਇੱਕ ਪਾਸੇ ਰੱਬ ਔਰ ਇਸ਼ਕ ਹੈ ਦੂਸਰੇ ਪਾਸੇ ਸੁਸਾਇਟੀ ਤੇ ਉਹਨਾਂ ਦਾ ਰਿਲੀਜਨ ਦਾ ਆਪਣਾ ਇੰਟਰਪ੍ਰੀਟੇਸ਼ਨ ਦੀਆਂ ਗੱਲਾਂ ਨੇ ਇਹਨਾਂ ਚੀਜ਼ਾਂ ਨੂੰ ਅਲੱਗ ਅਲੱਗ ਕਰਕੇ ਪੋਇਟਰੀ ਦੇ ਵਿੱਚ ਮਤਲਬ ਸਾਹਮਣੇ ਲਿਆਉਣਾ ਕਮਾਲ ਹੈ ਇਸ ਦੀ ਪੋਇਟਰੀ ਦਾ। ਬਿਲਕੁਲ 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 ਚਲੋ ਜੀ ਓਕੇ ਰਿਕਾਰਡਿੰਗ ਬੰਦ ਕਰ ਲਓ ਕਿੰਨੇ ਕਰਨੀ ਹਾਂਜੀ ਮੈਂ ਬੰਦ ਕਰ ਦੇਣਾ ਜੀ।